ਇਹਦੇ ਪਿੱਛੇ ਨਾਕਾਬਲ ਲੀਡਰਸ਼ਿਪ ਜਿਹਦੇ ਹੱਥਾਂ 'ਚ ਕਾਲਜ ਸੌਂਪ ਦਿੱਤਾ ਗਿਆ, ਅਸੀਂ ਉਹਦੀ ਜ਼ਿੰਮੇਵਾਰੀ ਮੰਨਦੇ ਹਾਂ। ਕਿੰਨੇ ਸਾਰੇ ਅਧਿਆਪਕ ਅਤੇ ਫੈਕਲਟੀ ਸਟਾਫ ਸਾਰੇ ਬਹੁਤ ਹੀ ਤਨਦੇਹੀ ਨਾਲ ਇੱਥੇ ਜ਼ਿੰਮੇਵਾਰੀ ਨਿਭਾ ਰਹੇ ਹੈ, ਪਰ ਪਿਛਲੇ ਕੁਝ ਸਾਲਾਂ ਤੋਂ ਸਾਨੂੰ ਇੱਦਾਂ ਲੱਗਦਾ ਕਿ ਮੈਨੇਜਮੈਂਟ ਨੇ ਸਾਨੂੰ ਬਿਲਕੁਲ ਹੀ ਵਿਸਾਰ ਦਿੱਤਾ। ਸਾਡੀਆਂ ਤਨਖਾਹਾਂ ਸਮੇਂ ਸਿਰ ਨਹੀਂ ਆਉਂਦੀਆਂ, 6 ਮਹੀਨੇ ਦੀ ਤਨਖਾਹ ਪੈਂਡਿੰਗ ਹੈ, ਸਾਨੂੰ ਪਿਛਲੇ 5 ਸਾਲ ਤੋਂ ਕੋਈ ਇਨਕਰੀਮੈਂਟ ਨਹੀਂ ਮਿਲਿਆ। ਕੋਰੋਨਾ ਤੋਂ ਬਾਅਦ ਆਪਾਂ ਸਾਰੇ ਹੀ ਜਾਣਦੇ ਹਾਂ ਵੀ ਮਹਿੰਗਾਈ ਕਿੰਨੀ ਵੱਧ ਗਈ ਹੈ, ਅਤੇ ਸਾਡੀ ਤਨਖਾਹ 'ਚ ਕਿਸੇ ਤਰ੍ਹਾਂ ਦਾ ਕੋਈ ਵਾਧਾ ਨਹੀਂ ਹੋ ਰਿਹਾ। ਜਦੋਂ ਅਸੀਂ ਇਹ ਗੱਲ ਲੈ ਕੇ ਜਾਂਦੇ ਹਾਂ ਅਥਾਰਟੀਜ਼ ਕੋਲ, ਸਾਨੂੰ ਕਹਿ ਦਿੱਤਾ ਜਾਂਦਾ ਜੇ ਇੰਨੇ 'ਚ ਕੰਮ ਕਰਨਾ ਠੀਕ ਹੈ, ਨਹੀਂ ਤਾਂ ਛੱਡ ਕੇ ਚਲੇ ਜਾਓ। ਅਤੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਡਿਪਾਰਟਮੈਂਟ ਜੋ ਕਿ ਮੇਰਾ ਡਿਪਾਰਟਮੈਂਟ ਹੈ, ਉਹਦੇ 'ਚੋਂ ਬਹੁਤ ਹੀ ਕਾਬਲ ਅਧਿਆਪਕ ਆਪਣੀ ਨੌਕਰੀ ਛੱਡ ਕੇ ਜਾ ਚੁੱਕੇ ਹੈ, ਕਿਉਂਕਿ ਹਰੇਕ ਬੰਦਾ ਇੰਨੇ 'ਤੇ ਸਰਵਾਈਵ ਨਹੀਂ ਕਰ ਸਕਦਾ। ਅਤੇ ਸਾਡੀ ਬਸ ਇਹੀ ਮੰਗ ਹੈ ਕਿ ਹਰੇਕ ਬੰਦੇ ਨੂੰ ਉਹਦਾ ਬਣਦਾ ਡਿਊ ਜੋ ਹੈ ਉਹ ਦਿੱਤਾ ਜਾਵੇ। ਅਸੀਂ ਜੀ ਸਾਰਾ ਸਟਾਫ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਤੋਂ ਹਾਂ। ਪ੍ਰੋਫੈਸਰਸ ਤੋਂ, ਕਲਰਕਸ ਤੋਂ, ਟੈਕਨੀਸ਼ੀਅਨਸ ਤੋਂ ਲੈ ਕੇ ਸਾਰਾ ਸਟਾਫ ਇੱਥੇ ਹਾਜ਼ਰ ਹੈ। ਸਾਡੇ ਬਹੁਤ ਸਾਰੇ ਇਸ਼ੂ ਨੇ ਜੀ, ਜਿਨ੍ਹਾਂ ਸਾਰਿਆਂ ਨੂੰ ਜਿਹੜਾ ਹੈਗਾ ਵੀ ਇੱਕ ਫਾਈਨੈਂਸ਼ੀਅਲ ਇਸ਼ੂ ਦੇ, ਸਾਡੇ ਜਿਵੇਂ ਤਨਖਾਹਾਂ ਦੇ ਇਸ਼ੂ ਹਨ, ਪੁਰਾਣੀਆਂ 6 ਮਹੀਨੇ ਦੀਆਂ ਤਨਖਾਹਾਂ ਸਾਡੀਆਂ ਜਿਹੜੀਆਂ ਉਹ ਪੈਂਡਿੰਗ ਹਨ, ਸਾਡੀਆਂ ਪ੍ਰਮੋਸ਼ਨਾਂ ਪੈਂਡਿੰਗ ਹਨ, ਕੁਛ ਸਾਡੇ ਮੈਂਬਰ ਜਿਹੜੇ ਹਨ ਜਿਹੜੇ ਮਾਲੀ ਸਵੀਪਰ ਹਨ, ਉਹਨਾਂ ਦਾ ਕੋਈ ਵੀ, ਉਹਨਾਂ ਦੀ ਜਿਹੜੀ ਤਨਖਾਹ ਮਿਨੀਮਮ ਆ ਉਹ ਵੀ ਉਹਨਾਂ ਨੂੰ ਨਹੀਂ ਮਿਲ ਰਹੀ। ਅਤੇ ਇਹ ਸਾਰੀਆਂ ਚੀਜ਼ਾਂ, ਪ੍ਰਮੋਸ਼ਨਾਂ ਪੈਂਡਿੰਗ ਹਨ, ਕੋਰਟ ਦੇ ਕੇਸ ਪੈਂਡਿੰਗ ਹਨ, ਕਿਸੇ ਵੀ ਚੀਜ਼ ਉੱਤੇ ਸਾਨੂੰ ਕੋਈ ਵੀ ਸਾਰਥਕ ਫੈਸਲਾ ਨਾ ਮੈਨੇਜਮੈਂਟ ਤੋਂ ਨਾ ਪ੍ਰਿੰਸੀਪਲ ਤੋਂ ਜਿਹੜਾ ਉਹ ਪ੍ਰਾਪਤ ਨਹੀਂ ਹੋ ਰਿਹਾ। ਜਦੋਂ ਇਸ ਦੀ ਗੱਲ ਚੱਲਦੀ ਹੈ, ਅਸੀਂ ਜਦੋਂ ਇਹ ਗੱਲ ਲੈ ਕੇ ਆਪਣੀ ਮੈਨੇਜਮੈਂਟ ਤੱਕ ਜਾਂਦੇ ਹਾਂ, ਸਾਡੇ ਮੈਨੇਜਮੈਂਟ ਦੇ ਪ੍ਰੈਜ਼ੀਡੈਂਟ ਹਨ ਜੋ ਕਿ SCPC ਦੇ ਵੀ ਪ੍ਰੈਜ਼ੀਡੈਂਟ ਹਨ, ਉਹਨਾਂ ਤੱਕ ਗੱਲ ਪਹੁੰਚਦੀ ਹੈ, ਤਾਂ ਸਾਨੂੰ ਇਹ ਸੁਨੇਹਾ ਮਿਲਦਾ ਹੈ ਕਿ ਜਿਹੜਾ ਕਾਲਜ ਹੈ ਉਹ ਕਾਫੀ ਵਿੱਤੀ ਸੰਕਟ 'ਚੋਂ ਗੁਜ਼ਰ ਰਿਹਾ ਹੈ, ਇਸ ਕਰਕੇ ਜਿਹੜਾ ਆ ਅਸੀਂ ਇਹ ਘਾਟੇ ਪੂਰੇ ਨਹੀਂ ਕਰ ਸਕਦੇ। ਪਰ ਸਾਡਾ ਇੱਥੇ ਇੱਕ ਸਵਾਲ ਹੈ ਕਿ ਜਿਹੜਾ ਸਾਡੇ ਕਾਲਜ ਦਾ 2020 ਵਿੱਚ ਜਿਹੜੇ ਮੌਜੂਦਾ ਪ੍ਰਿੰਸੀਪਲ ਹਨ ਡਾਕਟਰ ਲਖਵੀਰ ਸਿੰਘ ਅਤੇ ਹੋਰ ਉਹਨਾਂ ਦੇ ਨਾਲ ਸੀਨੀਅਰ ਮੈਂਬਰ, ਜਿਨ੍ਹਾਂ ਨੇ ਇੱਕ ਵਾਈਟ ਪੇਪਰ ਤਿਆਰ ਕੀਤਾ ਸੀ, ਉਹਦੇ ਹਿਸਾਬ ਨਾਲ ਅੱਜ ਵੀ ਜਿਹੜਾ ਹੈ ਕੋਈ ਕਰੀਬ 65 ਕਰੋੜ ਰੁਪਇਆ ਉਸ 2020 ਦੇ ਵਿੱਚ ਜਿਹੜਾ ਆ ਉਹ ਮੈਨੇਜਮੈਂਟ ਨੇ ਐਜ਼ ਅ ਲੋਨ ਕਾਲਜ 'ਚੋਂ ਲਿਆ ਅਤੇ ਉਹਨੂੰ ਬਾਕੀ ਕੰਮਾਂ ਲਈ ਵਰਤਿਆ, ਜਦਕਿ ਉਹ ਟਿਊਸ਼ਨ ਫੀਸ ਦਾ ਮਨੀ ਸੀ ਜਿਹੜਾ ਸਿਰਫ ਅਤੇ ਸਿਰਫ ਸਟਾਫ ਦੀ ਸੈਲਰੀਜ਼ ਅਤੇ ਉਹਦੇ ਵੈਲਫੇਅਰ ਵਾਸਤੇ ਵਰਤਿਆ ਜਾ ਸਕਦਾ। ਉਹ ਅੱਜ ਵੀ ਉਹ SH ਲੋਨ ਖੜ੍ਹਾ ਆ, 2020 ਤੱਕ ਹੀ ਉਹ ਲੋਨ ਜਿਹੜਾ 120 ਕਰੋੜ ਦੇ ਕਰੀਬ ਉਹਨਾਂ ਨੇ ਕਲੇਮ ਕੀਤਾ ਹੋਇਆ ਕਿ ਉਹਦੇ ਵਿੱਚ ਉਹ ਬਣ ਚੁੱਕਾ ਸੀਗਾ। ਤੋ 120 ਕਰੋੜ ਰੁਪਈਆ ਉਹ ਜਿਹੜਾ ਲੈਪਸ ਹੋ ਰਿਹਾ ਆ ਉਹ ਸਾਰਾ ਵਿੱਤੀ ਸੰਕਟ ਦਾ ਕਾਰਨ ਨਹੀਂ ਹੈ, ਪਰ ਇਹ ਜਿਹੜਾ ਸਟਾਫ ਹੈ ਜਿਹੜਾ ਕੰਮ ਕਰ ਰਿਹਾ ਦਿਨ ਰਾਤ ਉਹ ਵਿੱਤੀ ਸੰਕਟ ਦਾ ਕਾਰਨ ਹੈ, ਇਹ ਸਾਨੂੰ ਸਮਝ ਨਹੀਂ ਆ ਰਿਹਾ। ਅਸੀਂ ਇਸੇ ਰੋਸ ਨੂੰ ਲੈ ਕੇ ਅਸੀਂ ਇੱਥੇ ਖੜ੍ਹੇ ਹਾਂ, ਜਿਹਦੇ ਵਿੱਚ ਸਾਡੇ ਸਾਰੇ ਹੀ ਸਟਾਫ ਮੈਂਬਰਸ ਇੱਥੇ ਹਾਜ਼ਰ ਹਨ, ਮਾਲੀ ਹਨ, ਸਵੀਪਰ ਹਨ, ਕਲਰਕ ਹਨ, ਪ੍ਰੋਫੈਸਰਸ ਹਨ, ਸਾਡੇ ਕੋਲ ਮੇਲ ਸਟਾਫ, ਫੀਮੇਲ ਸਟਾਫ ਸਾਰੇ ਮੈਂਬਰਸ ਇੱਥੇ ਹਾਜ਼ਰ। ਕਿੰਨੀ ਤਨਖਾਹ ਬਣਦੀ ਹੈ, ਕਿੰਨੇ ਮੁਲਾਜ਼ਮ ਨੇ ਜਿਹੜੀ ਪੈਂਡਿੰਗ? ਤਨਖਾਹ ਜਿਹੜੀ ਹੈ ਕੁੱਲ ਤਨਖਾਹ ਦਾ ਜਿਹੜਾ ਇਹਨਾਂ ਦਾ ਬਜਟ ਹੈ ਕੋਈ ਕਰੋੜ ਤੋਂ ਉੱਪਰ ਦਾ ਹੈ ਮਹੀਨੇ ਦਾ ਜੋ ਇਹ ਕਰਦੇ ਹਨ। ਮੁਲਾਜ਼ਮ ਜਿਹੜੇ ਨੇ ਸਾਡੇ ਤਕਰੀਬਨ ਕੋਈ 225 ਤੋਂ 250 ਦੇ ਕਰੀਬਨ ਦੇ ਮੁਲਾਜ਼ਮ ਹਨ ਕੁੱਲ, ਜਿਹ 'ਚੋਂ ਟੀਚਿੰਗ ਸਟਾਫ ਲਗਭਗ, ਮੈਂ ਐਗਜੈਕਟ ਫਿਗਰ ਨਹੀਂ ਦੱਸ ਸਕਦਾ, ਲਗਭਗ 100 ਤੋਂ ਉੱਪਰ ਹਨ, ਅਤੇ ਇੰਨੇ ਹੀ ਸਾਡੇ ਕੋਲ ਨੋਨ ਟੀਚਿੰਗ ਦੇ ਸਟਾਫ ਮੈਂਬਰ ਹਨ, ਕੁਝ ਮਾਲੀ ਸਵੀਪਰ ਅਤੇ ਦਿਹਾੜੀਦਾਰ ਸਾਡੇ ਕੋਲ। ਕਿੰਨੇ ਮਹੀਨੇ ਦਾ ਤਨਖਾਹ? ਸਾਡੀ ਤਨਖਾਹ ਜਿਹੜੀ ਮਹੀਨੇ ਦਰ ਮਹੀਨੇ ਸਾਨੂੰ ਦਿੱਤੀ ਜਾ ਰਹੀ ਹੈ, ਪਰ ਸਾਡੀਆਂ ਜਿਹੜੀਆਂ ਪੁਰਾਣੀਆਂ ਤਨਖਾਹਾਂ ਹਨ 6, ਉਹ 6 ਤਨਖਾਹਾਂ ਪੈਂਡਿੰਗ ਹਨ, ਜਨਵਰੀ ਅਤੇ ਫਰਵਰੀ ਦੀ ਇਸ ਸਾਲ ਦੀ ਹੈ, ਅਤੇ ਪਿਛਲੇ 4 ਮਹੀਨੇ ਅਖੀਰਲੇ ਜਿਹੜੀ ਉਹ ਵੀ ਪੈਂਡਿੰਗ। ਕਰੋੜਾਂ ਰੁਪਏ ਦਾ ਬਜਟ ਹੈ SGPC ਦਾ, ਤੁਹਾਨੂੰ ਕੀ ਲੱਗਦਾ ਕਿ ਮਿਸਮੈਨੇਜਮੈਂਟ ਹੈ ਜਾਂ ਲਾਪਰਵਾਹੀ? ਇਹ ਬੇਸਿਕਲੀ ਜੀ ਜਿਹੜਾ ਫੰਡ ਆਉਂਦਾ ਹੈ, ਫੰਡ ਸਾਨੂੰ ਦਿੱਤਾ ਵੀ ਜਾਂਦਾ, ਸਾਨੂੰ SGPC ਨੇ ਪਿੱਛੇ ਸਾਡੇ ਕਾਲਜ ਨੂੰ 5 ਕਰੋੜ ਰੁਪਈਆ ਦਿੱਤਾ ਵੀ ਸੀ, ਇਸ ਸਾਲ ਵੀ ਉਹਨਾਂ ਨੇ ਸਾਨੂੰ ਦੇਣ ਦਾ ਵਾਅਦਾ ਕੀਤਾ ਆ, ਪਿੱਛੇ ਵੀ 1 ਕਰੋੜ ਰੁਪਈਆ ਦਿੱਤਾ। ਮੈਨੂੰ ਇਹ ਲੱਗਦਾ ਕਿ ਫੰਡ ਜਿਹੜਾ ਆ ਉਹ ਯੂਜ਼ ਠੀਕ ਤਰੀਕੇ ਨਾਲ ਨਹੀਂ ਹੋ ਪਾ ਰਿਹਾ, ਉਹਦੀ ਮੈਨੇਜਮੈਂਟ ਠੀਕ ਨਹੀਂ ਹੋ ਪਾ ਰਹੀ, ਅਤੇ ਬਹੁਤ ਸਾਰੇ ਇਸ਼ੂਜ਼ ਉਹਦੇ ਕਰਕੇ ਜਿਹੜੇ ਰੇਜ਼ ਹੋ ਰਹੇ। ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਦੇ ਵਿੱਚ ਮੈਂ ਜੋਬ ਕਰਦਾ ਪਿਛਲੇ 22 ਸਾਲ ਤੋਂ,
ਤਾਂ ਹੋਰ ਵੀ ਮੇਰੇ ਸਾਥੀ 20-22 ਸਾਲ ਦੇ ਲੱਗੇ ਹੋਏ ਨੇ। ਤਾਂ ਹੁਣ ਤੱਕ ਇਹਨਾਂ ਨੇ ਸਾਨੂੰ ਲਾਰਿਆਂ 'ਚ ਰੱਖਿਆ, ਤੁਹਾਨੂੰ ਰੈਗੂਲਰ ਕਰਾਂਗੇ, ਤੁਹਾਡੀਆਂ ਤਨਖਾਹਾਂ ਵਧਾਵਾਂਗੇ। ਸਾਨੂੰ 8-8 ਹਜ਼ਾਰ ਰੁਪਇਆ ਤਨਖਾਹ ਮਿਲਦੀ ਹੈ, ਸਾਡਾ ਗੁਜ਼ਾਰਾ ਕਰਨਾ ਬੜਾ ਮੁਸ਼ਕਲ ਆ ਜੀ। ਇਸ ਕਰਕੇ ਸਾਡੇ ਬੱਚਿਆਂ ਦੀ ਪਰਵਰਿਸ਼ ਵਧੀਆ ਨਹੀਂ ਹੋ ਸਕਦੀ। ਕਿਰਪਾ ਕਰਨ ਸਾਡੇ 'ਤੇ ਵੀ, ਸਾਨੂੰ ਰੈਗੂਲਰ ਕਰਨ, ਸਾਡੀ ਮੰਗ ਇਹੀ ਹੈ ਵੀ ਸਾਨੂੰ ਰੈਗੂਲਰ ਕਰਨ, ਸਾਨੂੰ ਫੁੱਲ ਸਕੇਲ ਦੇਣ। ਜਿਸ ਤਰ੍ਹਾਂ 6-6 ਮਹੀਨੇ ਦਾ ਤਨਖਾਹ ਮਿਲੀ, ਹੁਣ ਕਿੱਦਾਂ ਗੁਜ਼ਾਰਾ ਹੁੰਦਾ? ਸਰ ਅਸੀਂ ਲਾਈਫ ਟਾਈਮ ਹੋਰ ਵੀ ਕੰਮ ਕਰਦਾ ਜੀ। ਮੈਂ ਆਪਣੀ ਦੱਸਦਾ, ਮੈਂ ਬਰਗਰ ਦੀ ਰੇਹੜੀ ਲਾਉਂਦਾ ਜੀ ਸ਼ਾਮ ਟਾਈਮ, ਤਾਂ ਮੈਂ 9:30 ਵਜੇ ਤੱਕ ਖੜ੍ਹ ਕੇ ਕੰਮ ਵੀ ਕਰਦਾ, ਤਾਂ ਸਾਰੀ ਦਿਹਾੜੀ ਪਹਿਲਾਂ ਇੱਥੇ ਕੰਮ ਕਰੀਦਾ, ਫਿਰ ਮੈਂ ਰਾਤੀ ਵੀ ਕੰਮ ਕਰਦਾ। ਇਸ ਤਰ੍ਹਾਂ ਸਾਡਾ ਗੁਜ਼ਾਰਾ ਚੱਲਦਾ। ਸਾਡੇ ਹੋਰ ਵੀ ਵੀਰਾਂ ਨੇ ਆਪੋ ਆਪਣੇ ਕੰਮ ਕਰੇ ਹੋਏ ਨੇ, ਕਿੰਨੇ ਸ਼ਾਮ ਨੂੰ 2-2 ਘੰਟੇ ਦਾ, ਕਿੰਨੇ ਕਿਸੇ ਦੇ ਫਲੈਟਾਂ 'ਚ ਜਾਣਾ, ਕਿੰਨੇ ਹੋਰ ਪਾਸੇ ਹੋਸਟਲਾਂ 'ਚ ਸਫਾਈਆਂ ਕਰਦੇ ਨੇ ਜਾਂ ਹੋਸਪਿਟਲਾਂ 'ਚ ਜਾਂਦੇ ਨੇ। ਇਸ ਤਰ੍ਹਾਂ ਅਸੀਂ ਆਪਣਾ ਗੁਜ਼ਾਰਾ ਕਰਦੇ ਹਾਂ ਜੀ। ਇਹਦੀ ਨੌਬਤ ਇਸ ਕਰਕੇ ਆ ਵੀ ਮੈਂ ਪਹਿਲਾਂ, ਚਲੋ ਤੁਹਾਨੂੰ ਆਪਣਾ ਕੀ ਸਟੇਟਸ ਦੱਸਦਾ ਹਾਂ ਕਿ ਮੈਂ ਇਸ ਕਾਲਜ ਦੇ ਵਿੱਚ 17 ਸਾਲ ਤੋਂ ਉੱਤੇ ਹੋ ਗਿਆ ਮੈਨੂੰ ਸਮਾਂ। ਮੇਰਾ ਟਾਈਮ ਇੱਥੇ ਕਿਸ ਤਰ੍ਹਾਂ ਬੀਤਿਆ ਕਾਲਜ 'ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਅਸੀਂ ਜਿੱਦਾਂ ਕਹਿ ਲਓ ਵੀ ਪਹਿਲਾਂ ਮੈਂ ਕੰਟਰੈਕਟ 'ਤੇ ਆਇਆ ਸੀ, ਇਹਨਾਂ ਦਾ ਰੂਲ ਸੀ ਵੀ ਅਸੀਂ ਕੰਟਰੈਕਟ ਵਾਲੇ ਨੂੰ 3 ਸਾਲ ਬਾਅਦ ਰੈਗੂਲਰ ਕਰ ਦਿੱਤਾ ਜਾਊਗਾ, ਨੋ ਟੀਚਿੰਗ ਵਾਲੇ ਨੂੰ 4 ਸਾਲ ਕਰ ਦਾਂਗੇ। ਇਹ ਇਹਨਾਂ ਦਾ ਰਿਟਰਨ ਦੇ ਵਿੱਚ ਪੋਲਸੀ ਸੀ ਟਰੱਸਟ ਦੀ, ਇਹਨਾਂ ਨੇ ਇਹਨੂੰ ਇੰਪਲੀਮੈਂਟ ਨਹੀਂ ਕੀਤਾ। ਅਸੀਂ ਇਸ ਪੋਲਸੀ ਵੱਲ ਦੇਖਦੇ ਦੇਖਦੇ ਸਾਨੂੰ 10 ਸਾਲਾਂ ਬਾਅਦ ਉਹ ਰੈਗੂਲਰ ਕੀਤਾ ਗਿਆ। ਰੈਗੂਲਰ ਕਰਨ ਤੋਂ ਬਾਅਦ ਸਾਨੂੰ ਫਿਰ ਇਹਨਾਂ ਨੇ ਪ੍ਰੋਵੇਸ਼ਨ ਦੇ ਦਿੱਤੀ। ਪ੍ਰੋਵੇਸ਼ਨ ਪੀਰੀਅਡ ਦੇ ਵਿੱਚ ਲਿਖਿਆ ਸੀ ਵੀ ਤੁਹਾਨੂੰ 3 ਸਾਲ ਦੀ ਪ੍ਰੋਵੇਸ਼ਨ ਆ, ਉਹ ਤੋਂ ਬਾਅਦ ਫੁੱਲ ਸਕੇਲ ਦਿੱਤਾ ਜਾਊਗਾ। ਹੁਣ ਉਹ ਪ੍ਰੋਵੇਸ਼ਨ ਨੂੰ ਵੀ ਸਾਨੂੰ 8 ਸਾਲ ਹੋ ਗਏ ਆ, ਸਾਨੂੰ ਫੁੱਲ ਸਕੇਲ ਨਹੀਂ ਦਿੱਤਾ ਜਾ ਰਿਹਾ, ਸਾਨੂੰ ਉਹੀ ਸਕੇਲ ਦਿੱਤਾ ਜਾ ਰਿਹਾ ਕੰਟਰੈਕਟ ਵਾਲਾ। ਸਾਡੀ ਮਤਲਬ ਇਹੀ ਮੰਗ ਹੈ ਕਿ ਸਾਨੂੰ ਫੁੱਲ ਸਕੇਲ ਦਿੱਤਾ ਜਾਏ। ਹੁਣ ਮੈਂ ਇਹ ਗੱਲ ਕਰਦਾ ਕਿ ਪ੍ਰਿੰਸੀਪਲ ਦੀ ਕੀ ਰੋਲ ਹੈ। ਅਸੀਂ ਜਦੋਂ ਆਪਣਾ ਸਕੇਲ ਦੇਣ ਲਈ ਵਾਰ ਵਾਰ ਇਹਨਾਂ ਤੋਂ ਮੰਗ ਕੀਤੀ, ਇਹ ਸਾਡੀ ਮੰਗ ਅੱਗੇ ਤੱਕ ਨਹੀਂ ਪਹੁੰਚਾ ਰਹੇ। ਇਹ ਕਾਲਜ ਦੀ ਕਹਿ ਲਓ ਕਿ ਪਤਾ ਨਹੀਂ ਇਹਨਾਂ ਦੀ ਕੀ ਹੈਗੀ ਨੀਅਤ, ਕਿਉਂ ਇਸ ਤਰ੍ਹਾਂ ਕਰ ਰਹੇ ਹੈ ਕਿ ਸਾਡੀ ਮੰਗ ਨੂੰ ਅੱਗੇ ਤੱਕ ਨਹੀਂ ਪਹੁੰਚਾਇਆ ਜਾ ਰਿਹਾ। ਇਹਨਾਂ ਨੇ ਮਤਲਬ ਪ੍ਰਿੰਸੀਪਲ ਜਿਹੜਾ ਸੀ ਉਹ ਵੀ ਪ੍ਰੋਵੇਸ਼ਨ 'ਤੇ ਆਏ ਸੀ, ਉਹਨਾਂ ਨੂੰ ਵੀ 3 ਸਾਲ ਦੀ ਪ੍ਰੋਵੇਸ਼ਨ ਮਿਲੀ ਸੀ, 2 ਸਾਲ ਦੀ ਸੀ। ਇਹਨਾਂ ਨੇ ਆਪਣੀ ਪ੍ਰੋਵੇਸ਼ਨ ਜਿਹੜੀ ਉਹ ਕਲੀਅਰ ਕਰਵਾ ਲਈ। ਮਤਲਬ ਹੁਣ ਟਰੱਸਟ ਦੀ ਮੀਟਿੰਗ ਹੋਈ, ਉਹਦੇ ਵਿੱਚ ਉਹਨਾਂ ਨੇ ਆਪਣੀ ਪ੍ਰੋਵੇਸ਼ਨ ਕਲੀਅਰ ਕਰਾ ਲਈ, ਲੇਕਿਨ ਹੋਰ ਕਿਸੇ ਵੀ ਸਟਾਫ ਦੀ ਪ੍ਰੋਵੇਸ਼ਨ ਜਿਹੜੀ ਆ ਕਲੀਅਰ ਨਹੀਂ ਕਰਵਾਈ, ਜਿਹੜੇ ਕਿ 8 ਸਾਲ ਤੋਂ ਲੱਗੇ ਨੇ, ਕਈਆਂ ਦੀ ਕਹਿ ਲਓ ਵੀ 7 ਸਾਲ ਹੋ ਚੁੱਕੀ ਆ ਪ੍ਰੋਵੇਸ਼ਨ ਨੂੰ, ਉਹ ਨਹੀਂ ਕਲੀਅਰ ਕਰਾਈ। ਇੰਜੀਨੀਅਰਿੰਗ ਕਾਲਜ ਦੇ ਵਿੱਚ ਕਾਫੀ ਦੇਰ ਤੋਂ ਮੁਲਾਜ਼ਮ ਜਥੇਬੰਦੀਆਂ ਦੀਆਂ ਜਿਹੜੀਆਂ ਮੰਗਾਂ ਸੀ, ਉੱਤੇ ਟਰੱਸਟ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਿਆਨ ਦੇ ਰਹੀ ਸੀ, ਪਰ ਹੁਣ ਕੁਛ ਇਲੈਕਸ਼ਨ ਨੂੰ ਸਮਝ ਲਓ ਅੱਗੇ ਰੱਖ ਕੇ ਜਾਂ ਕੋਈ ਵੀ ਚੀਜ਼ ਹੋ ਸਕਦੀ ਹੈ ਉਹਨੂੰ ਅੱਗੇ ਰੱਖ ਕੇ ਇਹ ਜਿਹੜਾ ਧਰਨੇ ਨੇ ਜਾਂ ਮੁਜ਼ਾਹਰੇ ਨੇ ਇਹ ਸਪੀਡ ਫੜ ਗਏ, ਜਿਹੜਾ ਕਿ ਮੈਂ ਸਮਝਦਾ ਕਿ ਐਜੂਕੇਸ਼ਨ ਇੰਸਟੀਟਿਊਟ ਵਾਸਤੇ ਬੜੀ ਗਲਤ ਗੱਲ ਹੈ। ਕਿਉਂਕਿ ਜਿਹੜਾ ਇਹ ਇੰਸਟੀਟਿਊਟ ਹੈ, ਜਿੱਥੇ ਇੱਕ ਐਜੂਕੇਸ਼ਨ ਇੰਸਟੀਟਿਊਟ ਆ, ਉੱਥੇ ਇਹਦਾ ਧਰਮ ਨਾਲ ਵੀ ਸੰਬੰਧ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਂ 'ਤੇ ਇਹ ਜਿਹੜਾ ਕਾਲਜ ਹੈ ਇਹ ਬਣਿਆ, ਤਹਿਸਦਾਰ ਗੁਰਚਰਨ ਸਿੰਘ ਠੋੜਾ ਦੀ ਮਿਹਨਤ ਸਦਕਾ ਔਰ ਹਰ ਪਿੰਡ 'ਚ ਉਹਨਾਂ ਨੇ ਪੈਸੇ ਇਕੱਠੇ ਕਰਕੇ ਆਪਣੇ ਲੈਵਲ 'ਤੇ ਇਹ ਕਾਲਜ ਦੀ ਜਿਹੜੀ ਇਮਾਰਤ ਹੈ ਉਹ ਖੜ੍ਹੀ ਕੀਤੀ ਸੀ। ਅੱਜ ਇਹ ਪੁਜ਼ੀਸ਼ਨ ਹੈ ਵੀ ਚਲੋ ਠੀਕ ਹੈ, ਦੂਜੇ ਕਾਲਜਾਂ ਨਾਲੋਂ ਇੱਥੇ ਤਨਖਾਹ ਘੱਟ ਹੋ ਸਕਦੀ ਹੈ, ਗ੍ਰੈਜੂਟੀ ਘੱਟ ਹੋ ਸਕਦੀ ਹੈ, ਜਾਂ ਮੁਲਾਜ਼ਮਾਂ ਨੂੰ ਜਿਹੜੇ ਮਾਲੀ ਵਗੈਰਾ ਨੇ ਸਵੀਪਰ ਨੇ ਉਹਨਾਂ ਨੂੰ ਡੀਸੀ ਰੇਟ ਨਹੀਂ ਮਿਲਦਾ। ਉਹਦਾ ਢੰਗ ਤਰੀਕਾ ਹੁੰਦਾ ਹਰ ਚੀਜ਼ ਦਾ ਮੰਗ ਕਰਨ ਦਾ, ਅਤੇ ਉਸ ਚੀਜ਼ ਨੂੰ ਦੇਖਦਿਆਂ ਹੋਇਆ ਅੱਜ ਇਹ ਹੜਤਾਲ 'ਤੇ ਬੈਠੇ ਸੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ, ਮੇਰੀ ਵੀ ਡਿਊਟੀ ਲਾਈ ਸੀ, ਅਸੀਂ ਵੀ ਜਥੇਬੰਦੀਆਂ ਨਾਲ ਗੱਲ ਕੀਤੀ ਇਹਨਾਂ ਨਾਲ, ਔਰ ਇਹ ਕਹਿਣਾ ਮੰਨ ਕੇ ਇੱਕ ਵਾਰੀ ਹੜਤਾਲ ਤੋਂ ਉੱਠ ਗਏ ਸੀ। ਔਰ ਜਿੰਨਾ ਕੁ ਪੀਰੀਅਡ ਸਾਨੂੰ ਵਿੱਚ ਮਿਲਿਆ ਸੀ, ਇਹ ਗੱਲ ਹੈ ਪਿਛਲੇ ਵੀਰਵਾਰ ਦੀ, ਬੁੱਧਵਾਰ ਤੱਕ ਦਾ ਟਾਈਮ ਦਿੱਤਾ ਸੀ। ਮੰਗਲਵਾਰ ਅਸੀਂ ਸਾਰਾ ਮਸਲਾ ਬੈਠ ਕੇ ਸੈਕਟਰੀ ਸਾਹਿਬ ਗੁਰਿੰਦਰ ਸਿੰਘ ਆਏ ਅੰਮ੍ਰਿਤਸਰੋਂ, ਬੈਠ ਕੇ ਹੱਲ ਕਰਤਾ।
ਜਦੋਂ ਉਹ ਇੰਪਲੀਮੈਂਟ ਕਰਨੀਆਂ ਸਾਰੀਆਂ ਗੱਲਾਂ, ਉਦੋਂ ਫਿਰ ਮੁਲਾਜ਼ਮਾਂ 'ਚ ਪਤਾ ਨਹੀਂ ਕਿ ਗੁੱਸਾ ਆ ਗਿਆ ਕੀ ਆਇਆ, ਇਹ ਉੱਠ ਕੇ ਸੈਕਟਰੀ ਦੇ ਕਮਰੇ ਤੱਕ ਨਹੀਂ ਆਏ, ਉਹਦੇ 'ਚ ਥੋੜ੍ਹੀ ਜਿਹੀ ਮਿਸਅੰਡਰਸਟੈਂਡਿੰਗ ਹੋ ਗਈ। ਉਹ ਮਿਸਅੰਡਰਸਟੈਂਡਿੰਗ ਦਾ ਰਿਜ਼ਲਟ ਅੱਜ ਇਹ ਨਿਕਲਿਆ ਵੀ ਹੜਤਾਲ ਦੁਆਰਾ ਕੰਟੀਨਿਊ ਕਰ ਗਈ। ਹੁਣ ਦੁਆਰਾ ਪ੍ਰਧਾਨ ਜੀ ਨੇ ਨੋਟਿਸ ਸਾਰੀਆਂ ਗੱਲਾਂ ਲਿਆਂਦੀਆਂ ਨੇ, ਔਰ ਮੇਰਾ ਖਿਆਲ ਸੋਮਵਾਰ ਜਾਂ ਮੰਗਲਵਾਰ ਇਹ ਜਿਹੜਾ ਮਸਲਾ ਹੈ ਹੱਲ ਹੋ ਜਾਣਾ। ਇਹ 'ਚ ਮੇਨ ਜਿਹੜਾ ਮਸਲੇ ਦਾ ਕਾਰਨ ਹੈ, ਕਿਉਂਕਿ ਐਜੂਕੇਸ਼ਨ ਇੰਸਟੀਟਿਊਟ ਹੈ ਐਡਮਿਸ਼ਨ ਦੇ ਨਾਲ ਹੈ, ਜਿੰਨਾ ਚਿਰ ਐਡਮਿਸ਼ਨ ਨਹੀਂ ਪੂਰੀ ਹੁੰਦੀ, ਕਿਉਂਕਿ ਇੱਕ ਰੁਝਾਨ ਚੱਲ ਪਿਆ ਜਿਹੜੀਆਂ ਫੋਰਨ ਕੰਟਰੀਜ਼ ਆ, ਚਾਹੇ ਅਮੈਰੀਕਾ, ਕੈਨੇਡਾ, ਆਸਟ੍ਰੇਲੀਆ, ਇਹਨਾਂ ਕੰਟਰੀਜ਼ ਦਾ ਇੱਕ ਰੁਝਾਨ ਚੱਲ ਪਿਆ, ਬੱਚੇ ਆਫਟਰ ਹਾਈ ਸੈਕੰਡਰੀ ਜਾਂ ਮੈਟ੍ਰਿਕ ਸਾਰੇ ਉੱਧਰ ਨੂੰ ਭੱਜਦੇ ਆ, ਔਰ ਇਹਨਾਂ ਇੰਸਟੀਟਿਊਟਸ ਇੰਸਟੀਟਿਊਟ ਜ਼ਿਆਦਾ ਹੋ ਗਏ, ਉਹਦੇ ਕਰਕੇ ਇੱਥੇ ਜਿਹੜੀ ਐਡਮਿਸ਼ਨ ਘੱਟ ਗਈ। ਜਿਹੜੀਆਂ ਮੁਲਾਜ਼ਮ ਨੇ ਉਹਨਾਂ ਦੀਆਂ ਤਨਖਾਹਾਂ ਘੱਟ ਨੇ ਐਜ਼ ਕੰਪੇਅਰ ਟੂ ਅਦਰ ਕੋਲਜਿਸ। ਮੁਲਾਜ਼ਮ ਚਾਹੁੰਦਾ ਵੀ ਸਾਡੀ ਤਨਖਾਹ ਉੱਨੀ ਕੁ ਬਣੇ, ਪਰ ਉਹ ਨਹੀਂ ਬਣ ਪਾ ਰਹੀ। ਸੋ ਸ਼੍ਰੋਮਣੀ ਕਮੇਟੀ ਦਾ ਦਾਅਵਾ ਹੈ, ਸ਼੍ਰੋਮਣੀ ਕਮੇਟੀ ਕਿਸੇ ਪਾਸਿਓਂ ਵੀ ਅਰੇਂਜਮੈਂਟ ਕਰੇ, ਔਰ ਇਹ ਜਿਹੜੇ ਇਹਨਾਂ ਦੀਆਂ ਗ੍ਰੀਵੈਂਸਿਸ ਨੇ ਮੁਲਾਜ਼ਮਾਂ ਦੀਆਂ, ਉਹ ਦੂਰ ਹੋਣਗੀਆਂ। ਅਸੀਂ ਵੀ ਚਾਹੁੰਦੇ ਹਾਂ ਵੀ ਗ੍ਰੀਵੈਂਸਿਸ ਦੂਰ ਹੋਣ, ਔਰ ਐਜੂਕੇਸ਼ਨ ਅਦਾਰਾ ਜਿਹੜਾ ਇਹ ਚੱਲੇ।